बरनाला विच एक पंजाब दे सीनियर कांग्रेसी लीडर दा साथी बरनाला दे एक होटल विचों गैर औरत नाल रंग रलियां बनाउंदे पुलिस दी हाजिरी विच काबू किया गया, जिस तो बाद इस दी पत्नी सोनिका राणी ने जानकारी दी कि उसनू अपने पति ते शक होया तां अपने रिश्तेदारां नू नाल लैके पुलिस प्रशासन समेत उसने उसका पिछा किया। तां पिंड करमगढ़ दी ही एक औरत नाल उसका पति बरनाला दे एक होटल विच कमरे विचों रंगे हत्थी फड़े गए, जिस तो बाद पीड़ित औरत ने पिंड वासियां किसान जथेबंदियां रिश्तेदारां समेत पुलिस थाना बरनाला विखे इंसाफ लई रोस वजो धरना भी ला दिता। उसका यह भी कहना सी कि कांग्रेसी पार्टी के लीडर नाल काफी नेड़ले संबंध होने करके मामले नू दबाया जा रहा है। हुण वेखना होवेगा कि कांग्रेस पार्टी के पंजाब लीडर दे नाल दे साथी ते पुलिस वालों कार्रवाई की जाती है कि सिर्फ खाना पूर्ति की जाएगी। बरनाला सिटी टू चा मैं यही मांग कर दी जी कारवाई है की जाए। ठीक है, जनानी गुरमीत कौर है, वाइफ ऑफ निर्मल सिंह भी साढ़े पिंड करमगढ़ की है, तो ये को एक रोला रिवालवर भी है गा। ठीक है, हूँ मेरे मैनू भी तो मेरे बेटे नू भी इनू जान तो खतरा है। ठीक है, ये लिंक बहुत ज़्यादा व्डे व्डे ने लीडरी है गा ये, तो थाने ठुली वाल पुलिस मतलब कि इन्ना का साथ दी है ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਜੀ? ਇਹ ਕਾਂਗਰਸ 'ਚ ਜੀ। ਕੋਈ ਪਹਿਲਾਂ ਵੀ ਇਹ 'ਤੇ ਕਤਲ ਦਾ ਕੋਈ ਸੰਗੀਨ ਮਾਮਲਾ ਦਰਜ ਹੈ ਕੋਈ ਜੋ ਕਿਸੇ ਤਰ੍ਹਾਂ ਦਾ ਕੀ ਮਾਮਲਾ ਸੀ ਉਸ ਕਤਲ? ਮਤਲਬ ਕਿ ਇਹਦੇ ਘਰ ਵਾਲੀ ਨੇ ਸੁਸਾਈਡ ਕੀਤਾ ਸੀ, ਆਪੇ ਮਰਨ ਹੋਈ ਸੀ, ਸੁਸਾਈਡ ਕੀਤਾ ਸੀਗਾ ਜੀ ਉਹਨਾਂ ਨੇ। ਕਿਸ ਤੋਂ ਤੰਗ ਆ ਕੇ? ਕਿਸ ਤੋਂ ਤੰਗ ਆ ਕੇ? ਉਹ ਤਾਂ ਹੁਣ ਇਸ ਮਾਮਲੇ ਬਾਰੇ ਤਾਂ ਮੈਂ ਇੰਨਾ ਜਾਣਦੀ ਨਹੀਂ ਹੈਗੀ ਹਨਾ, ਤੇ ਕਾਂਗਰਸ ਪਾਰਟੀ 'ਚ ਕਿਸ ਨਾਲ ਸੰਬੰਧ ਨੇ ਇਹਨਾਂ ਦੇ ਜਿਸ ਤੋਂ ਤੁਹਾਨੂੰ ਖਤਰਾ ਲੱਗ ਰਿਹਾ ਹੈ? ਉਹ ਵੈਸੇ ਇਹਦੀ ਬੈਣੀ ਉੱਠਣੀ ਹੈਗੀ ਆ ਮਤਲਬ ਕਿ ਉਹਨਾਂ ਲੀਡਰਾਂ ਨਾਲ ਜਿੱਥੋਂ ਸਾਲ। ਹਾਂ, ਉਹਦਾ ਕੀ ਇਹਨਾਂ ਕੋਲੇ ਜੀ? ਇਹਦੇ ਕੋਲ ਉਹਦਾ ਕੋਈ ਨਹੀਂ ਹੈਗਾ, ਵੈਸੇ ਇਹਦੀ ਉਹ ਆ ਗਈ। ਹਾਂਜੀ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਮੈਂ ਇਹੀ ਮੰਗ ਕਰਦੀ ਹਾਂ ਵੀ ਇਹਨਾਂ 'ਤੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ। ਠੀਕ ਹੈ, ਇੱਕ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੀ ਹਾਂ ਕਿ ਜਿਹੜੇ ਮੇਰੇ ਨਾਲ ਰਿਸ਼ਤੇਦਾਰ ਮੇਰੇ ਅੱਜ ਨਾਲ ਖੜੇ ਨੇਗੇ, ਇਹਨਾਂ ਦੀ ਜਾਨ ਨੂੰ ਵੀ ਖਤਰਾ ਹੈਗਾ। ਕੋਈ ਧਮਕੀਆਂ ਮਿਲੀਆਂ ਤੁਹਾਨੂੰ ਕੋਲ? ਹਾਂ, ਮੈਨੂੰ ਧਮਕੀ ਨਹੀਂ ਮਿਲੀ ਹੈਗੀ, ਵੈਸੇ ਇਹਦੇ ਕੋਲ ਇੱਕ ਰਿਵਾਲਵਰ ਆ। ਹਾਂ ਵੀ ਮੈਨੂੰ ਤਾਂ ਮੇਰੇ ਮੁੰਡੇ ਨੂੰ ਇੰਨਾ ਕੁ ਜਾਣ ਦਾ ਖਤਰਾ ਹੈਗਾ ਗਾ। ਹੁਣ ਤੁਹਾਨੂੰ ਕਿੱਥੇ ਛੱਡ ਕੇ ਆਏ ਸੀ? ਮੈਨੂੰ ਇਹ ਧਨੌਲੇ ਛੱਡ ਕੇ ਆਏ ਸੀ, ਉੱਥੋਂ ਬਾਅਦ ਮੈਨੂੰ ਮਾਨਸਾ ਲੈ ਗਏ ਸੀਗੇ ਮੇਰੇ ਜੀਜਾ ਜੀ, ਭੈਣ ਤੇ ਜੀਜਾ ਜੀ। ਜਿਹੜੇ ਤੁਹਾਡੇ ਹਸਬੈਂਡ ਹੈ ਜੀ, ਹੁਣ ਪੁਲਿਸ ਨੇ ਫੜੇ ਹੋਏ ਨੇ? ਹਾਂਜੀ, ਹੋ ਪੁਲਿਸ ਨੇ ਫੜੇ ਹੋਏ ਨੇਗੇ। ਕਾਰਵਾਈ ਅਗਲੀ ਕੀਤੀ ਉਹਨਾਂ ਨੇ? ਉਹਨਾਂ ਨੇ ਹਾਲੇ ਤੱਕ ਤਾਂ ਕੋਈ ਕਾਰਵਾਈ ਨਹੀਂ ਕੀਤੀ ਹੈਗੀ। ਕਿੱਥੋਂ ਫੜਿਆ ਹੈਗਾ ਉਹਨਾਂ ਨੂੰ? ਚੱਲ ਰਹੀ ਹੈ ਕਾਰਵਾਈ, ਉਹ ਹੈਗਾ ਸੀ ਹੋਟਲ ਗ੍ਰੀਨਵਿਲ। ਕਿਵੇਂ ਫੜਿਆ ਹੈਗਾ ਉਹਨਾਂ ਨੇ? ਕੌਣ ਕੌਣ ਨਾਲ ਸੀ? ਮੇਰੇ ਨਾਲ ਪੁਲਿਸ ਸੀਗੀ ਜੀ, ਅਤੇ ਮੇਰਾ ਭਰਾ ਸੀ, ਮੇਰੇ ਦੋਨੇ ਜੀਜੋ ਸੀਗੇ। ਠੀਕ, ਹਾਂਜੀ, ਉਹ ਲੜਕੀ ਫੜੀ ਗਈ ਨਾਲ? ਹਾਂਜੀ, ਨਾਲ ਲੜਕੀ ਫੜੀ ਗਈ ਹੈਗੀ, ਵੀਡੀਓ ਮੌਜੂਦ ਹੈ ਉਹਦੀ। ਹਾਂ, ਕੀ ਮੰਗ ਕਰਦੇ ਜੀ? ਮੰਗ ਮੈਂ ਇਹੀ ਕਰਦੀ ਹਾਂ ਵੀ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੀ ਜਾਵੇ, ਅਤੇ ਜੇ ਠੀਕ ਆ ਜੇ ਇਹ ਛੁੱਟਦੇ ਨੇ ਤਾਂ ਮੈਂ ਇੱਥੇ ਧਰਨਾ ਲਾਉਂਗੀ। ਕਿਹੜੇ ਲੀਡਰ ਨਾਲ ਸੰਬੰਧ ਦੱਸੇ ਜਾ ਰਹੇ? ਕੋਈ ਕਿੱਥੋਂ ਦਾ ਲੀਡਰ ਹੈਗਾ, ਕਿਹੜੀ ਪਾਰਟੀ ਦਾ? ਇਹ ਪਾਰਟੀ ਕਾਂਗਰਸ ਹੀ ਆ ਜੀ। ਕਿਹੜੇ ਲੀਡਰ ਨਾਲ ਸੰਬੰਧ ਹੈਗੇ ਇਹਦੇ ਜੀ? ਇਹਦੇ ਵੈਸੇ ਗੱਲਬਾਤ ਹੁੰਦੀ ਰਹਿੰਦੀ ਹੈ ਲੀਡਰਾਂ ਨਾਲ, ਸਾਰਿਆਂ ਨਾਲ ਹੀ, ਕਾਂਗਰਸ ਦੇ ਜਿੰਨੇ ਹੈਗੇ ਨੇਗੇ। ਜਿਹੜੀ ਲੇਡੀਜ਼ ਹੈਗੀ ਫੜੀ ਗਈ ਹੈ, ਉਹਦੇ ਘਰ ਵਾਲੇ ਦਾ ਨਾਮ ਕੀ ਹੈਗਾ? ਨਿਰਮਲ ਸਿੰਘ ਜੀ। ਉਹ ਵੀ ਕਾਂਗਰਸ 'ਚ ਹੀ ਹੈ ਜੀ? ਨਹੀਂ, ਉਹ ਨਹੀਂ ਹੈਗਾ ਕਿਸੇ ਪਾਰਟੀ 'ਚ ਜੀ। ਉਹ ਕਿਹੜੇ ਪਿੰਡ ਦੀ ਹੈ ਜੀ? ਉਹ ਕਰਮਗੜ੍ਹ ਦਾ ਹੀ ਹੈ ਜੀ। ਕਿਹੜੇ ਹੋਟਲ ਦੇ ਵਿੱਚ ਫੜੇ ਗਏ ਹੈਗੇ? ਇਹ ਹੋਟਲ ਹੈਗਾ ਜੀ ਗ੍ਰੀਨਵਿਲ, ਜਿਹੜਾ ਨਾਨਕਸਰ ਗੁਰਦੁਆਰੇ ਦੇ ਕੋਲ ਪਾਇਆ ਜਾਂਦਾ ਹੈਗਾ। ਹਾਂ, ਉਹ ਹੋਟਲ 'ਚ ਪਾਏ ਗਏ ਨੇ, ਰੰਗੇ ਹੱਥੀ ਫੜੇ ਗਏ ਨੇਗੇ। ਜਿਹੜੇ ਇਹੋ ਜਿਹੇ ਹੋਟਲ ਮਾਲਕ ਇਹੋ ਜਿਹਾ ਕੁਛ ਕਰਾ ਰਹੇ ਹੈਗੇ ਆ, ਕੀ ਕਰਨਾ ਚਾਹੀਦਾ? ਹਾਂ, ਉਹਨਾਂ ਵਿਰੁੱਧ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ, ਕਿਉਂਕਿ ਇਹੋ ਜਿਹੇ ਉਹ ਉਹਨਾਂ ਦਾ ਸਾਥ ਦੇ ਰਹੇ ਨੇ, ਗਲਤ ਕੰਮਾਂ ਦਾ ਸਾਥ ਦੇ ਰਹੇ ਨੇ। ਕਰਨਾਇਲ ਸਿੰਘ। ਬਜ਼ੁਰਗ, ਕੀ ਤੁਹਾਡੇ ਬੇਟੇ ਦਾ ਨਾਂ ਹੈ, ਕੀ ਪੂਰਾ ਮਾਮਲਾ ਜੀ? ਦੇਖੋ ਜੀ, ਨਾਮ ਦਾ ਮੈਨੂੰ ਬਹੁਤ ਪਹਿਲਾਂ ਪਤਾ ਨਹੀਂ ਸੀ, ਹੁਣ ਮੇਰੀ ਪਤਾ ਸੀ, ਹੋਰ ਕੋਈ ਗੱਲ ਨਹੀਂ। ਮੈਂ ਇਹਦੇ ਨਾਲ
ਇਹ ਤੁਹਾਡਾ ਬੇਟਾ ਪਹਿਲਾਂ ਵੀ ਇਸ ਤਰ੍ਹਾਂ ਕਰਦਾ ਰਿਹਾ ਜੀ? ਨਹੀਂ, ਪਹਿਲਾਂ ਨਹੀਂ ਕੋਈ ਕਰਦਾ। ਕੀ ਕਹਿਣਾ ਚਾਹੋਗੇ ਤੁਸੀਂ ਹੁਣ ਇਸ ਪੂਰੇ ਮਾਮਲੇ ਦੇ? ਦੇਖੋ ਜੀ, ਮੈਂ ਤਾਂ ਕਹਿੰਦਾ ਬਹੁਤ ਗਲਤ ਕਰਦਾ ਜੀ, ਤੂੰ ਵੱਡੀ ਗਲਤ ਕਰਦੀ ਤੁਸੀਂ। ਕੀ ਕੰਮ ਕਰਦਾ ਤੁਹਾਡਾ ਬੇਟਾ ਜੀ? ਬੁੱਧੀ ਜਿਹੜੀ ਹੈ ਲੀਡਰ, ਕਿਹੜੇ ਲੀਡਰ ਨਾਲ? ਲੀਡਰ ਕੋਈ ਨਹੀਂ ਹੈ, ਸਾਰਿਆਂ ਨੇ ਕਦੇ ਕਿਸੇ ਨਾਲ ਕਦੇ ਮਾਰਾ ਮੋਟਾ, ਕਿਸੇ ਨਾਲ ਕੋਈ ਲੀਡਰ ਨਾਲ ਲੀਡਰ ਨਹੀਂ। ਲੱਗਦਾ ਨਹੀਂ ਤੁਹਾਡੀ ਨੂੰਹ ਨਾਲ ਧੱਕਾ ਹੋਇਆ ਜਿਹੜਾ ਜੀ? ਇਹ ਤਾਂ ਕਹੀ ਹੈ ਜੀ, ਹੋਰ ਕੀ ਹੈ? ਤੁਹਾਡੇ ਕਹਿਣੇ 'ਚ ਹੈ ਨਹੀਂ ਤੁਹਾਡਾ ਬੇਟਾ ਜੀ? ਕਹਿੰਦੇ 'ਚ ਤਸੇ ਜੀ ਤੁਸੀਂ ਜਦੋਂ ਮੈਨੂੰ ਯਾਦ ਕਰਦਾ, ਇਹਦਾ ਮੈਨੂੰ ਨੂੰਹ ਨੇ ਦੱਸਿਆ ਤਾਂ ਵੱਡਿਆ ਹੁਣ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਤਾਂ ਦੇਖੋ ਜੀ ਕਹਿੰਦੇ ਇਨਸਾਨ ਮਿਲੀ ਇਹਦਾ ਘਰ ਮਿਲੀ ਨੂੰਹ ਦਾ ਘਰ ਵਾਸਤੇ। ਇਹ ਕਿੰਨਵਾਂ ਵਿਆਹ ਹੈਗਾ ਯਾਨੀ ਕਿ ਤੁਹਾਡੇ ਬੇਟੇ ਦਾ ਜਿਹੜਾ ਯਾਨੀ ਕਿ ਵਿਆਹ ਸੀਗਾ, ਕਿੰਨਵਾਂ ਵਿਆਹ ਹੈਗਾ ਤੁਹਾਡੇ ਬੇਟੇ ਦਾ ਵਿਆਹ? ਹਾਂ, ਇਹਦਾ ਖਰਚਾ ਹਿਸਾਬ ਹੋ ਗਿਆ। ਪਹਿਲਾਂ ਵੀ ਵਿਆਹ ਹੋਇਆ ਹੋਇਆ ਤੁਹਾਡੇ ਬੇਟੇ ਦਾ? ਪਹਿਲਾਂ ਹੋਇਆ ਸੀ, ਉਹ ਦਿਮਾਗ ਵੀ ਉਹਦੇ ਅਸਰ ਸੀ, ਉਹ ਗਲਤ ਗਲਤ ਹੈ, ਉਹਦਾ ਕੋਈ ਗੱਲ ਨਹੀਂ ਹੈ, ਆਹ ਗੱਲ ਗਲਤ ਹੈ। ਸੂਬਾ ਪ੍ਰੈਸ ਸਕੱਤਰ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ, ਮੌਜੂਦਾ ਜ਼ਿਲ੍ਹਾ ਕਨਵੀਨਰ ਸੰਯੁਕਤ ਮੋਰਚਾ ਕਿਸਾਨ ਬਰਨਾਲਾ। ਕਾਰਨ ਮੇਰੇ ਖਿਆਲ ਤੁਹਾਡੇ ਤੱਕ ਵੀ ਸਪਸ਼ਟ ਹੋ ਗਿਆ ਹੋਣਾ ਜਾਂ ਹੋ ਜਾਣਾ ਚਾਹੀਦਾ ਕਿ ਇੱਕ ਕੋਈ ਗੌਂਡਰ ਕਿਸਮ ਦਾ ਵਿਅਕਤੀ ਆਪਦੀ ਘਰ ਵਾਲੀ ਨੂੰ ਵੀ ਤੰਗ ਕਰਦਾ, ਉਹ ਬਕਾਇਦਾ ਮੁਲਾਜ਼ਮ ਹੈ, ਉਹਨੂੰ 8-10 ਦਿਨ ਤੋਂ ਛੱਡਿਆ ਹੋਇਆ ਸੀ ਕਿਤੇ ਬਾਹਰ, ਵੀ ਤੂੰ ਬਿਮਾਰ ਹੈ, ਅਤੇ ਕਿਸੇ ਹੋਰ ਔਰਤ ਨਾਲ ਉਹਦੇ ਮਾੜੇ ਸੰਬੰਧ ਸੀ, ਅਤੇ ਅੱਜ ਉਹ ਬਕਾਇਦਾ ਕਿਸੇ ਹੋਟਲ 'ਚੋਂ ਫੜਿਆ ਗਿਆ। ਫੜਨ ਵੇਲੇ ਕਰਮਗੜ੍ਹ ਪਿੰਡ ਦੀ ਪੰਚਾਇਤ, ਉਹ ਦੋਨੋਂ ਹੀ ਕਰਮਗੜ੍ਹ ਦੇ ਨੇ, ਔਰਤ ਵੀ ਅਤੇ ਉਹ ਆਦਮੀ ਵੀ, ਕਰਮਗੜ੍ਹ ਦੀ ਪੰਚਾਇਤ, ਪੁਲਿਸ, ਉਹ ਬੇਟੀ, ਉਹਦੇ ਘਰਵਾਲੀ, ਅਤੇ ਹੁਣ ਮੌਜੂਦਾ ਉਹ ਬੇਟਾ ਵੀ ਆ ਗਿਆ, ਉਸ ਜਿਹੜੀ ਕੁੜੀ ਫੜੀ ਗਈ ਹੈ ਨਾਲ ਉਹਦੇ ਘਰਵਾਲਾ, ਪੂਰਾ ਪਿੰਡ ਇੱਥੇ ਖੜ੍ਹਾ। ਅਤੇ ਇਹਦੇ ਵਿੱਚ ਬਕਾਇਦਾ ਉਸ ਕਿਸਮ ਦੀ ਕਾਰਵਾਈ ਤੋਂ ਟਾਲਾ ਵੱਟਿਆ ਜਾ ਰਿਹਾ, ਜੇ ਕੋਈ ਪੱਤਰਕਾਰ ਮਿਲਿਆ ਤਾਂ ਇੱਥੋਂ ਦਾ SHO ਉਹਨੂੰ ਵੀ ਪੁੱਠਾ ਬੋਲਿਆ, ਸਾਨੂੰ ਹਾਲ ਤੱਕ ਮਿਲਿਆ ਨਹੀਂ, ਸ਼ਾਇਦ ਮੀਟਿੰਗ 'ਚ ਹੋਊਗਾ। ਪਰ ਇਹ ਗੱਲ ਬੜੀ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਸਮਾਜ ਦੇ ਵਿੱਚ ਅਜਿਹੀਆਂ ਕ੍ਰਿਤੀਆਂ ਨੂੰ ਜੇ ਕੋਈ ਸਾਡੀਆਂ ਧੀਆਂ ਨੂੰ ਤੰਗ ਕਰੂਗਾ, ਅਸੀਂ ਧੀਆਂ ਦੇ ਬਚਾਅ ਖਾਤਰ ਖੜ੍ਹਦੇ ਹਾਂ। ਅਤੇ ਜੇ ਮਨਜੀਤ ਨੇਰ ਨੇ 23-20 ਸਾਲ ਲਈ ਸਜ਼ਾ ਦਾ ਸੰਤਾਪ ਹੋ ਗਿਆ ਕਿਰਨਜੀਤ ਕਾਂਡ ਦੇ ਵਿੱਚ, ਜਾਂ ਹੋਰਾਂ ਕੇਸਾਂ 'ਚ ਵੀ ਉਹ ਧੀਆਂ ਦਾ ਰੱਖ ਹੈ, ਅਤੇ ਅਸੀਂ ਸਮਾਜ ਦੇ ਵਿੱਚ ਧੀਆਂ ਦੇ ਰਾਖੇ ਬਣ ਕੇ ਖੜ੍ਹਨਾ। ਇਹੋ ਜਿਹੇ ਅਨਸਰਾਂ ਨੂੰ ਜਿੰਨਾ ਚਿਰ ਇਹਦੇ 'ਤੇ ਪੂਰੀ ਕਾਰਵਾਈ ਨਹੀਂ ਹੁੰਦੀ, ਨਾ ਅਸੀਂ ਇੱਥੋਂ ਜਾਣਾ ਹੈ, ਅਤੇ ਨਾ ਅਸੀਂ ਕਿਸੇ ਸਿਆਸੀ ਲੀਡਰ ਦਾ ਦਬਾਅ ਮੰਨਣਾ ਹੈ। ਅਤੇ ਬਲਕਿ ਇਹ ਰਿਹਾ ਕਿ ਜਿਹੜਾ ਕੋਈ ਸਿਆਸੀ ਲੀਡਰ ਜਾਂ ਕੋਈ ਹੋਰ ਇਹਦੀ ਮਦਦ ਕਰਨ ਦੀ ਕੋਸ਼ਿਸ਼ ਕਰੂਗਾ, ਉਹਦਾ ਬਕਾਇਦਾ ਜਲੂਸ ਕੱਢਾਂਗੇ, ਉਹਦਾ ਵਿਰੋਧ ਕਰਾਂਗੇ, ਅਤੇ ਉਸ ਹੋਟਲ ਨੂੰ ਵੀ ਬੰਦ ਕਰਾਉਣ ਲਈ ਅਸੀਂ ਹੋਟਲ ਮੂਹਰੇ ਜਾਵਾਂਗੇ। ਪਹਿਲਾਂ ਇਨਫੋਰਮ ਕਰਾਂਗੇ ਇੱਥੋਂ ਦੇ SSP ਨੂੰ, ਜੇ ਉਹਨੇ ਨਾ ਬੰਦ ਕਰਾਇਆ ਤਾਂ ਫਿਰ ਅਸੀਂ ਆਪ ਬੰਦ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਇਹੋ ਜਿਹੇ ਅਨਸਰਾਂ ਨੂੰ ਕਦੇ ਵੀ ਅਸੀਂ ਸਪੇਅਰ ਨਹੀਂ ਕਰਾਂਗੇ, ਅਤੇ ਨਾ ਹੀ ਕਰਨੇ ਬਣਦੇ ਆ। ਅਤੇ ਜੇ ਇੱਥੋਂ ਦਾ ਪ੍ਰਸ਼ਾਸਨ ਕੋਈ ਵੀ ਇਹ ਬਚਾਉਣ ਦੀ ਕੋਸ਼ਿਸ਼ ਕਰੂਗਾ ਤਾਂ ਅਸੀਂ ਸਿੱਧਾ ਵਿਰੋਧ ਕਰਾਂਗੇ। ਕਿਹਾ ਜਾ ਰਿਹਾ ਕਿ ਕਾਂਗਰਸੀ ਆਗੂ ਹੈ ਜਿਹਦੇ ਕਾਂਗਰਸ ਦੇ ਵੱਡੇ ਲੀਡਰਾਂ ਨਾਲ ਜੋ ਸੰਬੰਧ ਹੈਗੇ, ਜੋ ਪੀੜਤਾ ਹੈਗੀ ਹੈ, ਲੜਕੀ ਨੇ ਦੋਸ਼ ਲਗਾਇਆ ਜੀ। ਮੈਂ ਹੁਣੇ ਹੀ ਫੋਨ ਕੀਤਾ, ਜਿਸ ਆਗੂ 'ਤੇ ਗੱਲ ਕੀਤੀ ਜਾ ਰਹੀ ਹੈ ਉਹਦੇ ਘਰ ਫੋਨ ਕੀਤਾ, ਉਹਨਾਂ ਨੇ ਕਿਹਾ ਵੀ ਕਿ ਇਹੋ ਜਿਹੇ ਅਨਸਰ ਦੀ ਅਸੀਂ ਕੋਈ ਮਦਦ ਨਹੀਂ ਕਰਦੇ, ਕਿਉਂਕਿ ਜੇ ਕੋਈ ਵਿਅਕਤੀ ਇਹ ਕਹਿੰਦਾ ਕਿ ਅਸੀਂ ਮਦਦ ਨਹੀਂ ਕਰਦੇ ਤਾਂ ਫਿਰ ਸਾਡਾ ਉਹਦੇ ਨਾਲ ਕੋਈ ਰੋਸ ਨਹੀਂ ਹੈ, ਇਹ ਨਹੀਂ ਹੈ ਕਿ ਅਸੀਂ ਐਵੇਂ ਹੀ ਕਹਿ ਦਈਏ। ਅਤੇ ਦੂਸਰੀ ਗੱਲ, ਜੇ ਫਿਰ ਵੀ ਕਰੂਗਾ ਵਿੰਗੇਡਿਡ ਢੰਗ ਨਾਲ ਕੋਈ ਉਹ ਵਿਅਕਤੀ ਜਾਂ ਕੋਈ ਹੋਰ, ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਨਾ ਅਸੀਂ ਉਹਨੂੰ ਸਪੇਅਰ ਕਰੀਏ, ਨਾ ਉਹਨੂੰ ਮਾਫ਼ ਕਰੀਏ, ਅਤੇ ਨੰਗਾ ਚਿੱਟਾ ਲੋਕਾਂ 'ਚ ਲੈ ਕੇ ਜਾਵਾਂਗੇ ਕਿ ਇਹੋ ਜਿਹੇ ਅਨਸਰਾਂ ਦੀ ਮਦਦ ਕਰਦਾ, ਅਤੇ ਗਾਹਾਂ ਨੂੰ ਅਸੀਂ ਦੇਖਾਂਗੇ ਪਿੰਡਾਂ 'ਚ ਵੜਦੇ ਨੂੰ ਕਿ ਉਹ ਕਿਵੇਂ ਵੜਦਾ। ਇਹ ਸਾਡਾ ਦਾਅਵਾ ਹੈ, ਵਾਅਦਾ ਹੈ, ਬਣਦੀ ਕਾਰਵਾਈ ਕਰਾ ਕੇ ਹਟਾਂਗੇ, ਉਹਨਾਂ ਚਿਰ ਕਿਤੇ ਨਹੀਂ ਜਾਵਾਂਗੇ। ਅਤੇ ਜੇ ਇਹ ਚਾਹੁੰਦਾ ਭਾਵੇਂ ਇੱਥੋਂ ਦਾ SHO ਜਾਂ ਪ੍ਰਸ਼ਾਸਨ ਸਾਡੇ 'ਤੇ ਕੋਈ ਡਾਂਗ ਫੇਰ ਨਹੀਂ ਚਾਹੁੰਦਾ, ਅਸੀਂ ਉਹ ਵੀ ਝੱਲਾਂਗੇ। ਜੇ ਇੱਥੋਂ ਦਾ ਪ੍ਰਸ਼ਾਸਨ ਕੁਝ ਵੀ ਚਾਹੁੰਦਾ ਇਹੋ ਜਿਹੀ ਕਾਰਵਾਈ, ਇਹੋ ਜਿਹੀ ਭੈੜੀ ਕਾਰਵਾਈ 'ਤੇ ਉਹਦੀ ਮਦਦ ਕਰਨਾ ਚਾਹੁੰਦਾ, ਮੈਂ ਕਹੂੰਗਾ ਕਿ ਦੁਰ ਫਿਟੇ ਮੂੰਹ ਇਹੋ ਜਿਹੇ ਲੋਕਾਂ ਦੇ, ਇਹੋ ਜਿਹੇ ਪ੍ਰਸ਼ਾਸਨ ਦੇ, ਜਿਹੜਾ ਕੋਈ ਇੱਥੋਂ ਦਾ SHO ਜਾਂ ਉਹਦੇ ਲਿੰਕ ਮਿਲਿਆ ਕਿ ਠੁੱਲੀ ਵਾਲ ਦੇ SHO ਨਾਲ ਵੀ ਉਹਦੇ ਸੰਬੰਧ ਨੇ। ਮੈਂ ਠੁੱਲੀ ਵਾਲ ਦੇ SHO ਨੂੰ ਵੀ ਫੋਨ ਕੀਤਾ, ਉਹ ਕਹਿੰਦੇ ਵੀ ਮੀਟਿੰਗ ਦੇ ਵਿੱਚ ਅੰਦਰ ਹੈ, ਸ਼ਾਇਦ ਉਹਨੇ ਫੋਨ ਚੱਕਿਆ ਨਾ ਹੋਵੇ। ਕੋਈ ਗੱਲ ਨਹੀਂ, ਉਹ ਪਿੱਛੋਂ ਕਰ ਲਊਗਾ, ਆਪੇ ਕਰੂਗਾ, ਨਹੀਂ ਕਰੂਗਾ ਜੇ ਮਦਦ ਕਰੂਗਾ ਤਾਂ ਅਸੀਂ ਇਹੋ ਜਿਹੇ ਦਬਾਅ ਨੂੰ ਮੰਨਣ ਲਈ ਤਿਆਰ ਨਹੀਂ। ਅਸੀਂ ਇਹ ਬਕਾਇਦਾ ਜੇ ਫਿਰ ਤਾਂ ਅਸੀਂ ਲੜ ਲਈਆਂ ਸਾਡੀਆਂ ਲੜਾਈਆਂ, ਫਿਰ ਅਸੀਂ ਉਹ ਸਾਡੀ ਮਹਾਨ ਲੜਾਈ ਜ਼ਮੀਨਾਂ ਬਚਾਉਣ ਦੀ ਨਹੀਂ ਲੜ ਸਕਦੇ,
जे असीं इहो जिहियां लड़ाइयां दे विच वी पिछे हटांगे, भोरां पिछे नहीं हटांगे, बणदी कारवाई करावांगे, अंदर करावांगे ते फिर ही असीं चैन नाल। गलत काम चलदा होटल विच कौन जिम्मेदार हैगा? कदों तो चला रहे हैगे तुसीं? मीडिया नूं बेवकूफ बनाई जांदे तुसीं भी इत्थे कुछ होया नहीं हैगा। थोड़ी फोटो है जिहड़ी नाल ओहदे विच वीडियो दे विच दिस रही है। मैं बता तो रहा, मेरे को ये नहीं पता, रेड रूट का नहीं पता, वो आए थे लड़का लड़की वो उसका पता है मेरे को। किन्ने जने फड़के लेके गए पुलिस? पुलिस किन्ने जने फड़के लेके गई है? वो उन्हीं को लेके गए मेरे को। किन्ने जने थी? दो ही जने। कौन कौन सी जेंट्स कौन से आए थे यहां? सुबह आए थे। सुबह कितने बजे अंदाजा कोई? 10:30 ते इत्थों जिहड़े पुलिस वाले लेके गए किन्ने बजे लेके गए? 11:30। हां, एक घंटा इत्थे रहे ने। कोई कमरा बुक किया सी उन्होंने? केड़ा कम केड़ा कमरे दे विचो? बहुत दिन पुजे सर जी, मैं तो काम करता हूं, मेरे नहीं मौके ते तो तुसी हो ते काम गलत गलत काम कराण वास्ते होटल खोले? मैं अपने मन से थोड़ी कराऊंगा सर गलत काम आपसे। सुनो नहीं, जदों तुसी देखो होटल बंद ने, कोविड 19 दे तहत पाबंदियां दे होटल बंद ने, तुसी उन्होंने कमरा इत्थे दित्ता है? नहीं, मेरे को नहीं पता सर इसके बारे में। की नाम है तुहाडा? हां जी, की नाम की काम करदा सर? मेरे से तुहाडा नाम की है? मेरे घर वाला किसी लेडी नूं लैके उत्थे होटल दे विच है, जदों असीं उहदी कहिण मुताबक उत्थे रेड मारी, सानूं उत्थे थल्ले मिल गए, गेट ते मिल गए सीगे, गेट ते मिल गए इहनां नूं, असीं थाणे लैंदा उहदी कंप्लेंट लै रहे हां असीं, जिहड़ी लेडी दी कंप्लेंट है ਉਹ ਕੰਪਲੀਟ ਤੇ ਅਸੀਂ ਬੰਦੀ ਕਾਰਵਾਈ ਕਰ ਰਹੇ ਹਾਂ ਸਰ। ਵੀਡੀਓ ਤਾਂ ਅੰਦਰ ਕਮਰੇ ਦੀਆਂ ਦਿਖਦੀ ਹੈਗੀ, ਤੁਸੀਂ ਕਹਿੰਦੇ ਗੇਟ ਤੇ ਆ ਗਏ? ਨਹੀਂ, ਗੇਟ ਤੇ ਉਤਰਦਿਆਂ ਦੀ ਉਹਨਾਂ ਦੀ ਗੇਟ ਦੇ ਵਿੱਚੋਂ ਕੋਈ ਪੱਤੀ ਜਾਣ ਕੋਈ ਕਿਸ ਤਰ੍ਹਾਂ ਦੀ ਕੋਈ ਕੱਪੜੇ ਕੁਪੜੇ ਨਹੀਂ ਸੀ, ਕੋਈ ਉਸ ਤਰ੍ਹਾਂ ਦੀ ਗੱਲਬਾਤ ਦੱਸਣ ਮੁਤਾਬਕ ਆਈ ਉਹਦੇ, ਪਰ ਫਿਰ ਵੀ ਜਿਹੜੀ ਬੰਦੀ ਕਾਰਵਾਈ ਅਸੀਂ ਕਰ ਰਹੇ ਹਾਂ ਸਰ। ਜਿਵੇਂ ਮੰਨਿਆ ਜਾ ਰਿਹਾ ਵੀ ਕਾਂਗਰਸੀ ਲੀਡਰ ਦਾ ਹੈਗਾ ਸਾਥੀ ਮੰਨਿਆ ਹੈਗਾ, ਕੋਈ ਦਬਾਅ ਨਹੀਂ ਹੈਗਾ? ਨਹੀਂ ਜੀ, ਨਹੀਂ ਨਹੀਂ ਨਹੀਂ, ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ, ਜਿਹੜੀ ਉਹਨਾਂ ਨੇ ਗਲਤੀ ਕੀਤੀ ਉਹਦੀ ਸਜ਼ਾ ਮਿਲੂਗੀ ਉਹਨਾਂ ਨੂੰ। ਕੋਈ ਅਰੈਸਟ ਕੀਤਾ ਸਰ ਇਹਨਾਂ 'ਚ ਜੀ? ਅਰੈਸਟ ਹੀ ਆ ਜੀ ਸਾਡੇ ਕੋਲ, ਆ ਦੋਨੇ ਸਾਡੇ ਕੋਲ ਹੀ ਨੇ, ਲੇਡੀਜ਼ ਵੀ ਸਾਡੇ ਕੋਲ ਆ, ਉਹ ਵੀ ਸਾਡੇ ਕੋਲ ਹੀ ਆ, ਜਿਹੜਾ ਜੈਂਟਸ ਉਹ ਵੀ ਸਾਡੇ ਕੋਲ ਹੀ ਆ। ਜਾਂਚ ਬਾਰੇ ਕੀ ਕਹਿ ਰਹੇ ਸਰ? ਜੀ ਜਾਂਚ ਬਸ ਉਹਦੀ ਜਿਹੜੀ ਜਿਹਨਾਂ ਉਹਨਾਂ ਨੇ ਕੀਤੀ ਆ, ਜੋ ਕੁਛ ਕੀਤੀ ਆ ਉਸ ਮੁਤਾਬਕ ਜੁਰਮ ਮੁਤਾਬਕ ਦੀ ਕਾਰਵਾਈ ਕਰਕੇ ਅਸੀਂ ਸਾਹਿਬ। ਬਰਨਾਲਾ ਤੋਂ ਧਰਮਿੰਦਰ ਸਿੰਘ ਦੀ ਰਿਪੋਰਟ, ਦ ਪਬਲਿਕ ਟਾਈਮਜ਼।